ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਡੇ ਲਈ ਟੈਸਟ ਨੰਬਰ 46 ਦਾ ਦੂਸਰਾ ਪਾਰਟ ਲੈ ਕੇ ਆਏ ਆਂ ਤੇ ਕਰਦੇ ਆਂ ਜੀ ਸਟਾਰਟ ਬਿਨਾ ਕਿਸੇ ਦੇਰੀ ਤੋਂ ਲਾਸਟ ਵੀਡੀਓ ਆਪਾਂ ਖਤਮ ਕੀਤੀ ਸੀ ਕਿ 15 ਨੰਬਰ ਕੁਐਸਚਨ ਇਫ ਯੂ ਆਰ ਡਰਾਈਵਿੰਗ ਔਨ ਅ ਰੋਡ ਵਿਦ ਟੂ ਲੇਨਸ ਇਨ ਯੋਰ ਡਾਇਰੈਕਸ਼ਨ ਵਾਲੇ ਦੇ ਉੱਪਰ ਜੀ ਤੇ ਚੱਲਦੇ ਆਂ ਜੀ ਅੱਜ ਆਪਾਂ 16 ਨੰਬਰ ਕੁਐਸਚਨ ਦੇ ਉੱਪਰ ਤਾਂ 16 ਨੰਬਰ ਕੁਐਸਚਨ ਹੈ ਸਾਡੇ ਕੋਲ ਇਜ਼ ਇਟ ਪਰਮਿਟਿਡ ਕਿ ਕੀ ਤੁਹਾਨੂੰ ਆਗਿਆ ਹੈਗੀ ਹੈ ਪਰਮਿਸ਼ਨ ਹੈਗੀ ਹੈ ਟੂ ਟਰਨ ਅਰਾਊਂਡ ਟਰਨ ਅਰਾਊਂਡ ਦਾ ਕੀ ਮਤਲਬ ਹੈ ਕਿ ਮੁੜਨ ਦੀ ਕਿੱਥੇ ਮੁੜਨਾ ਔਨ ਅ ਕ੍ਰਾਸ ਰੋਡ ਇੱਕ ਕ੍ਰਾਸ ਰੋਡ ਦੇ ਉੱਪਰ ਕ੍ਰਾਸ ਰੋਡ ਕਿੰਨੂੰ ਕਹਿੰਦੇ ਆ ਇੱਕ ਇੰਟਰਸੈਕਸ਼ਨ ਜਾਂ ਜੰਕਸ਼ਨ ਦਾ ਸਿਨੋਨੀਮਸ ਵਰਡ ਹੈਗਾ ਕ੍ਰਾਸ ਰੋਡ ਠੀਕ ਹੈ ਜੀ ਮਤਲਬ ਕਿ ਚੌਰਾਹੇ ਦੇ ਉੱਪਰ ਠੀਕ ਹੈ ਜੀ অপশন এ গندہ নো এজ আ জেনারেল রুল বি এ গندہ নো ইট ইজ অলওয়েজ প্রোহিবিটেড থি সি এ গয়া ইয়েস প্রোভাইডিং দা মেনুভার ক্যান বি ক্যারিড আউট ইন আ সিঙ্গেল টার্ন তে দা আনসার হ এ জি সাডে কোল অপশন এ জি কে সানো આમ তোরতে ইস চিজ দি আগয়া নেহি হegi কি আপা মুড়িয়ে টার্ন अराउंड करिए জয়া ইউ টার্ন লিয়ে তেন ইকো ক্যাটাগরি চি আ জান্দে হানা এক ক্রস রোড দে উপর এক চরাহে দে উপর ਠੀਕ ਹੈ ਜੀ ਨੈਕਸਟ ਕੁਐਸਚਨ ਹੈ ਸਾਡੇ ਕੋਲ ਮੇ ਮੋਟਰਸਾਈਕਲਿਸਟ ਐਕਸੀਡ ਦਾ ਸਪੀਡ ਲਿਮਿਟ ਐਕਸੀਡ ਮਤਲਬ ਵਧਾਉਣਾ ਤਾਂ ਕਹਿੰਦਾ ਕੀ ਮੋਟਰਸਾਈਕਲ ਵਾਲੇ ਆਪਣੀ ਸਪੀਡ ਲਿਮਿਟ ਵਧਾ ਸਕਦੇ ਆ ਔਨ ਅ ਕਨਵੈਨਸ਼ਨਲ ਰੋਡ ਇੱਕ ਕਨਵੈਨਸ਼ਨਲ ਰੋਡ ਦੇ ਉੱਪਰ ਇਨ ਸਮ ਸਰਕਮਸਟੈਂਸਸ ਕਿ ਕੁਝ ਹਾਲਾਤਾਂ ਦੇ ਵਿੱਚ ਆਪਸ਼ਨ ਏ ਹੈਗਾ ਨੋ ਓਨਲੀ ਕਾਰ మే 200 టు ఓవర్టేక్ బి ఎస్ టు ఓవర్టేక్ బై 20 కిలోమీటర్ ਪਰ ద సి ਹੈਗਾ نو ਨੇਵਰ ਤੇ ਇਹਦਾ ਆన్సర్ ਹੈ ਜੀ ਸਾਡੇ ਕੋਲ অপਸ਼ਨ ਸੀ ਜੀ ਕਿ ਨਹੀਂ ਕਦੇ ਵੀ ਨਹੀਂ ਉਹ ਆਪਣੀ ਸਪੀਡ ਲਿਮਿਟ ਜੋ ਕਿ ਕਨਵੈਨਸ਼ਨ ਰੋਡ ਦੀ ਹੈਗੀ ਹੈ 90 ਉਸ ਤੋਂ ਵੱਧ ਨਹੀਂ ਕਰ ਸਕਦੇ ਕਿਸੇ ਵੀ ਹਾਲਤ ਵਿੱਚ ਠੀਕ ਹੈ ਜੀ ਨੈਕਸਟ ਕੁਐਸਚਨ ਹੈ ਸਾਡੇ ਕੋਲ 18 ਨੰਬਰ ਡਰਾਈਵਿੰਗ ਐਟ ਐਡਿਕੁਏਟ ਸਪੀਡ ਕਿ ਡਰਾਈਵਿੰਗ ਕਰਨਾ ਗੱਡੀ ਚਲਾਉਣਾ ਐਡਿਕੁਏਟ ਸਪੀਡ ਮਤਲਬ ਸਹੀ ਸਪੀਡ ਜਿਹੜੀ ਕਿ ਤੁਸੀਂ ਰੋਡ ਦੇ ਹਿਸਾਬ ਨਾਲ ਚਲਾ ਰਹੇ ਹੋ ਜਾਂ ਟ੍ਰੈਫਿਕ ਦੇ ਹਿਸਾਬ ਨਾਲ ਚਲਾ ਰਹੇ ਹੋ మేਕ ਇਟ ਈਜ਼ੀਅਰ ਤਾਂ ਕੀ ਬਣਾ ਦਿੰਦੀ ਹੈ ਈਜ਼ੀ ਸੌਖਾ ਕੀ অপਸ਼ਨ ਇਹ ਕਹਿੰਦਾ ਡਿਸਟਰਪਟ ਟ੍ਰੈਫਿਕ ਬੀ ਹੈਗਾ ਕੰਟਰੋਲ ਦਾ ਵਹੀਕਲ in case of any obstacle or unexpected event tis hi hga have more accidents te ida answer hai ji sade kol option b ji ke agar assi apni adequate speed te ja rahe ha sahi speed te ja rahe ha ta apan control kar sakde ha apne vehicle nu apni gaddi nu in case of any obstacle obstacle matlab rukawat ਕਿ ਇਨ ਕੇਸ ਕੋਈ ਆਬਸਟੈਕਲ ਆ ਜਾਂਦੀ ਹੈ ਰੁਕਾਵਟ ਆ ਜਾਂਦੀ ਹੈ ਔਰ ਅਨ ਐਕਸਪੈਕਟਿਡ ਇਵੈਂਟ ਔਰ ਕੋਈ ਅਚਾਨਕ ਹੀ ਇਦਾਂ ਦੀ ਚੀਜ਼ ਹੋ ਜਾਂਦੀ ਹੈ ਕਿ ਸਾਨੂੰ ਗੱਡੀ ਰੋਕਣੀ ਪਵੇ ਤਾਂ ਆਪਾਂ ਮਤਲਬ ਗੱਡੀ ਨੂੰ ਕੰਟਰੋਲ ਚ ਰੱਖ ਸਕਦੇ ਆ ਸਾਡੇ ਕੰਟਰੋਲ ਚ ਗੱਡੀ ਰਹੇਗੀ ਅਗਰ ਸਾਡੀ ਸਪੀਡ ਸਹੀ ਹੋਏਗੀ ਐਡਿਕੁਏਟ ਹੋਏਗੀ ਠੀਕ ਹੈ ਜੀ ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ অপਸ਼ਨ ਬੀ ਜੀ ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ ਇਨ ਥਿਸ ਬੈਂਡ ਇਸ ਮੋੜ ਦੇ ਉੱਪਰ ਵਿਦ ਨੋ ਵਿਜ਼ਿਬਿਲਟੀ ਜਿੱਥੇ ਕਿ ਕੋਈ ਵਿਜ਼ਿਬਿਲਟੀ ਨਹੀਂ ਹੈਗੀ ਮਤਲਬ ਕਿ ਤੁਹਾਨੂੰ ਅੱਗੇ ਦਾ ਹਿੱਸਾ ਨਹੀਂ ਦਿਖਦਾ ਪਿਆ ਕੈਨ ਯੂ ਓਵਰਟੇਕ ਦ ਰੈਡ ਵੀਕਲ ਕੀ ਤੁਸੀਂ ਓਵਰਟੇਕ ਕਰ ਸਕਦੇ ਹੋ ਜਿਹੜੀ ਲਾਲ ਰੰਗ ਦੀ ਗੱਡੀ ਆਪਾਂ ਦੇਖ ਰਹੇ ਹਾਂ ਫੋਟੋ ਵਿੱਚ ਆਪਸ਼ਨ A ਹੈਗਾ yes because there is not a no overtaking vehicle traffic sign B ਹੈਗਾ no because it is forbidden to overtake in all bands ਦੇ ਸੀ ਹੈਗਾ ਨੋ बिकॉज ਟੂ ਓਵਰਟੇਕ ਆਈ ਨੀਡ ਟੂ ਓਕੂਪਾਈ ਦਾ ਆਪੋਜ਼ਿਟ ਡਾਇਰੈਕਸ਼ਨ ਲੇਨ ਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਸੀ ਜੀ ਕਿ ਨਹੀਂ ਆਪਾਂ ਓਵਰਟੇਕ ਨਹੀਂ ਕਰ ਸਕਦੇ बिकॉज ਕਿਉਂਕਿ ਟੂ ਓਵਰਟੇਕ ਕਿ ਓਵਰਟੇਕ ਕਰਨ ਦੇ ਲਈ ਆਈ ਨੀਡ ਟੂ ਓਕੂਪਾਈ ਮੈਨੂੰ ਜ਼ਰੂਰਤ ਹੋਏਗੀ ਓਕੂਪਾਈ ਮਤਲਬ ਮਲਣਾ ਜਾਂ ਜਗ੍ਹਾ ਘੇਰਨਾ ਦਾ ਆਪੋਜ਼ਿਟ ਡਾਇਰੈਕਸ਼ਨ ਲੇਨ ਆਪੋਜ਼ਿਟ ਦੇ ਵਿੱਚ ਜਿਹੜੀ ਸਾਡੇ ਵਿਰੁੱਧ ਦੂਜੇ ਪਾਸੋਂ ਜਿਹੜੀ ਦਿਸ਼ਾ ਦੇ ਵਿੱਚ ਲੇਨ ਹੈਗੀ ਹੈ ਉਹਦੇ ਵਿੱਚ ਸਾਨੂੰ ਜਾਣਾ ਪਏਗਾ ਸਾਨੂੰ ਉੱਥੇ ਜਗ੍ਹਾ ਮਿਲਣੀ ਪਏਗੀ ਇਸ ਕਰਕੇ ਸਾਨੂੰ ਮਨਾਹੀ ਹੈਗੀ ਆ ਓਵਰਟੇਕ ਕਰਨ ਦੀ ਇਸ ਬੈਂਡ ਦੇ ਉੱਪਰ ਠੀਕ ਹੈ ਜੀ ਤਾਂ ਇਸ ਕਰਕੇ ਤੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਸੀ ਜੀ ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ ਆਰ ਪੈਡਸਟੀਅਨ ਕ੍ਰੋਸਿੰਗ ਹੰਪਸ ਕੀ ਪੈਡੈਸਟੀਅਨ ਕਰਾਸਿੰਗ ਦੇ ਉੱਪਰ ਜਿਹੜੇ ਹੰਪਸ ਹੁੰਦੇ ਆ ਥੋੜਾ ਜਿਹਾ ਉੱਚਾ ਕਈ ਥਾਂ ਤੇ ਦੇਖਣਾ ਤੁਸੀਂ ਰੋਡ ਨੂੰ ਨਾ ਕੀਤਾ ਹੁੰਦਾ ਵਾ ਉਹਨੂੰ ਬੋਲਦੇ ਆ ਹੰਪਸ ਜਾਂ ਫਿਰ ਬੰਪਸ ਦੋਵੇਂ ਹੀ ਵਰਡ ਯੂਜ਼ ਕਰ ਲੈਂਦਾ ਕਨਸੀਡਰ ਕੀ ਉਹਨੂੰ ਮੰਨਿਆ ਜਾਊਗਾ ਐਜ਼ ਆਬਸਟੈਕਲ ਕਿ ਇੱਕ ਰੁਕਾਵਟ ਹੈ ਉਹ ਆਪਸ਼ਨ A ਇਹਦਾ ਨਾਟ ਇਫ ਦੇ ਗਾਰੰਟੀ ਦਾ ਰੋਡ ਸੇਫਟੀ ਆਫ ਯੂਜ਼ਰਸ ਐਂਡ اسپੈਸ਼ਲੀ ਸਾਈਕਲਿਸਟ B ਹੈਗਾ ਯੈਸ ਇਫ ਮੈਟੈਲਿਕ ਤੇ ਸੀਗਾ ਯੈਸ ਦੇ మేਕ ਇਟ ਡਿਫਿਕਲਟ ਟੂ ਗੋ ਓਵਰ ਪੈਡੈਸਟੀਨ ਕ੍ਰੋਸਿੰਗ ਤੇ ਦਾ ਅਨਸਰ ਹੈ ਜੀ ਸਾਡੇ ਕੋਲ ਆਪਸ਼ਨ ਏ ਜੀ ਕਿ ਨਹੀਂ ਆਪਾਂ ਉਹਨੂੰ ਇੱਕ ਅਬਸਾਈਕਲ ਨਹੀਂ ਮੰਨਾਂਗੇ ਇਫ ਜੇਕਰ ਦੇ ਗਰੰਟੀ ਦਾ ਰੋਡ ਸੇਫਟੀ ਆਫ ਯੂਜ਼ਰ ਕਿ ਉਹ ਰੋਡ ਨੂੰ ਵਰਤਣ ਵਾਲਿਆਂ ਦੀ ਸੇਫਟੀ ਦੀ ਗਰੰਟੀ ਕਰਦੀ ਹੈ ਜਾਂ ਉਹਨੂੰ ਪੱਕਾ ਕਰਦੀ ਹੈ ਐਂਡ ਸਪੈਸ਼ਲੀ ਸਾਈਕਲਿਸਟਔਰ ਖਾਸ ਤੌਰ ਤੇ ਸਾਈਕਲਿਸਟ ਹੈ ਗਿਆ ਉਹਨਾਂ ਨੂੰ ਤਾਂ ਇਸ ਕਰਕੇ ਅਸੀਂ ਉਹਨੂੰ ਆਬਸਟੈਕਲ ਨਾ ਮੰਨ ਕੇ ਨਹੀਂ ਮੰਨਾਂਗੇ ਠੀਕ ਹੈ ਜੀ ਤਾਂ ਇਸ ਕਰਕੇ ਜਿਹੜਾ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ ਇਫ ਯੂ ਹੈਵ ਆ ਰੈਸਪੀਰੇਟਰੀ ਅਲਰਜੀ ਰੈਸਪੀਰੇਟਰੀ ਅਲਰਜੀ ਮਤਲਬ ਕੋਈ ਖਾਂਗਜ ਕਾਮ ਵਗੈਰਾ ਜਾਂ ਨਿਛਾਂ ਲੱਗੀਆਂ ਹੋਣੀਆਂ ਇਹ ਸਾਰੀਆਂ ਆ ਜਾਂਦੀਆਂ ਸਾਡੀਆਂ ਰੈਸਪੀਰੇਟਰੀ ਅਲਰਜੀ ਦੇ ਵਿੱਚ ਯੂ ਸ਼ੁੱਡ ਰਿਮੈਂਬਰ ਥੈਟ ਤਾਂ ਤੁਹਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ অপশন এ ਦੇ ਵਿੱਚ ਕਹਿ ਰਿਹਾ ਇਟ ਇਜ਼ ਬੈਟਰ ਨਾਟ ਟੂ ਓਪਨ ਦਾ ਵਿੰਡੋਜ਼ ਇਹ ਵਧੀਆ ਵਾਕਿ ਤੁਸੀਂ ਜਿਹੜੀਆਂ ਵਿੰਡੋਜ਼ ਹੈਗੀਆਂ ਓਪਨ ਨਾ ਕਰੋ অপਸ਼ਨ ਬੀ ਹੈਗਾ ਇਟ ਇਜ਼ ਬੈਟਰ ਟੂ ਡਰਾਈਵ अर्ली ਇਨ ਦਾ ਮਾਰਨਿੰਗ ਵੈਨ ਪੋਲਨ ਲੈਵਲਸ ਆਰ ਲੋਅਰ ਤੇ ਸੀ ਹੈ ਯੂ ਮਸਟ ਇਨਕਰੀਸ ਯੂ ਮੈਡੀਕੇਸ਼ਨ ਡੋਸੇਸ ਟੂ ਡਰਾਈਵ ਸੇਫਲੀ ਤੇ ਦਾ ਅਨਸਰ ਹੈ ਜੀ ਸਾਡੇ ਕੋਲ অপਸ਼ਨ ਏ ਜੀ ਕਿ ਇਟ ਇਜ਼ ਬੈਟਰ ਕਿ ਇਹ ਵਧੀਆ ਗੱਲ ਹੈ ਚੰਗੀ ਗੱਲ ਹੈ ਨਾਟ ਟੂ ਓਪਨ ਦਾ ਵਿੰਡੋਜ਼ ਕਿ ਅਸੀਂ ਆਪਣੀਆਂ ਬਾਰੀਆਂ ਆਪਣੇ ਆ ਸ਼ੀਸ਼ੇ ਨਾ ਖੋਲੀਏ ਜਦੋਂ ਸਾਨੂੰ ਰੈਸਪੀਰੇਟਰੀ ਅਲਰਜੀ ਹੋਈ ਹੈ ਠੀਕ ਹੈ ਜੀ ਤਾਂ ਇਸ ਕਰਕੇ ਤੇ ਸਾਡਾ ਆਨਸਰ ਹੋ ਗਿਆ ਜੀ অপਸ਼ਨ ਏ ਜੀ ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 22 ਨੰਬਰ ਆਫਟਰ ਅ ਲੌਂਗ ਟਾਈਮ ਡਰਾਈਵਿੰਗ कि लंबे समय के लिए ड्राइविंग करना गलाना विदाउट रैसट बिना रैसट किते बिना आराम किते ऑप्शन एक क्या सेफ्टी इज इनक्रीज बी है ड्राइविंग बिकम्स मोर डेंजरस ती है ड्राइवर परफॉर्मेंस इज़ इनक्रीज आंसर है जी साढ़े कोप्शन बी जी कि ड्राइविंग है जी बिकम मोर डेंजरस के हो खतरनाक हो खतरना जाती है ਅਗਰੈਸਿਵ ਬਿਨਾਰ ਰਸਤੋਂ ਲੰਬੇ ਸਮੇਂ ਦੇ ਲਈ ਗੱਡੀ ਚਲਾਉਂਦੇ ਹੈਗੇ ਆ ਠੀਕ ਹੈ ਜੀ ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 23 ਨੰਬਰ ਕਰੈਕਟ ਟਾਇਰ ਪ੍ਰੈਸ਼ਰ ਇਜ਼ ਟਾਇਰ ਪ੍ਰੈਸ਼ਰ ਮਤਲਬ ਜਿਹੜਾ ਸੀ ਹਵਾ ਭਰਦੇ ਹੈਗੇ ਆਪਣੇ ਟਾਇਰਾਂ ਦੇ ਵਿੱਚ ਉਹਨਾਂ ਦਾ ਜਿਹੜਾ ਪ੍ਰੈਸ਼ਰ ਹੈ ਉਹਦੇ ਬਾਰੇ ਕਹਿ ਰਿਹਾ ਕਿ ਸਹੀ ਕੀ ਹੈਗਾ ਵਾ ਆਪਸ਼ਨ ਏ ਕਹਿੰਦਾ ਥੈਟ ਅਡਜਸਟਡ ਟੂ ਦਾ ਵਹੀਕਲਸ ਸ਼ੌਕ ਐਬਜ਼ਾਰਬਰਸ ਭੀਗਾ ਦਾ ਪ੍ਰੈਸ਼ਰ 10% ਅਬੋਵ दैट ਰეკਮੈਂਡਡ ਦਿਸ ਇ ਗੱਟ दैट ਰეკਮੈਂਡਡ ਬਾਈ ਈਚ ਮੈਨੂਫੈਕਚਰਰ ਤੇ ਦਾ ਆਨਸਰ ਹੈ ਜੀ ਸਾਡੇ ਕੋਲ অপਸ਼ਨ ਸੀ ਜੀ ਕਿ ਉਹ ਟਾਇਰ ਪ੍ਰੈਸ਼ਰ ਜੋ ਕਿ ਰეკਮੈਂਡ ਕੀਤਾ ਜਾਂਦਾ ਸਾਨੂੰ ਮਤਲਬ ਸਲਾਹ ਕਿ ਦਿੱਤੀ ਜਾਂਦੀ ਹੈ ਕਿ ਇੰਨਾ ਰੱਖੋ ਬਾਈ ਈਚ ਮੈਨੂਫੈਕਚਰਰ ਕਿ ਹਰ ਇੱਕ ਉਸ ਮੈਨੂਫੈਕਚਰ ਜਿੰਨੇ ਕੋ ਟਾਇਰ ਬਣਾਇਆ ਵਾ ਉਹਦੇ ਰਾਈ ਤਾਂ ਉਹਨੂੰ ਆਪਾਂ ਕਰੈਕਟ ਟਾਇਰ ਪ੍ਰੈਸ਼ਰ ਕਹਾਂਗੇ ਅਗਰ ਤੁਸੀਂ ਦੇਖੋਗੇ ਵੀ ਤਾਂ ਟਾਇਰਾਂ ਦੇ ਉੱਪਰ ਲਿਖਿਆ ਹੁੰਦਾ ਕਿ ਕਿੰਨਾ ਟਾਇਰ ਪ੍ਰੈਸ਼ਰ ਇਹਦੇ ਵਿੱਚ ਚਾਹੀਦਾ ਹੈਗਾ ਵਾ ਠੀਕ ਹੈ ਤਾਂ ਇਸ ਕਰਕੇ ਜਿਹੜਾ ਸਾਡਾ ਆਨਸਰ ਹੋ ਜਾਏਗਾ ਆਪਸ਼ਨ ਸੀ ਜੀ ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 24 ਨੰਬਰ ਹਾਊ ਡਸ ਇਨਸਫੀਸ਼ੀਐਂਟ ਟਾਇਰ ਪ੍ਰੈਸ਼ਰ ਇਨਸਫੀਸ਼ੀਐਂਟ ਮਤਲਬ ਸਫੀਸ਼ੀਐਂਟ ਦਾ ਆਪੋਜ਼ਿਟ ਕਿ ਘੱਟ ਸਫੀਸ਼ੀਐਂਟ ਮਤਲਬ ਕਾਫੀ ਇਨਸਫੀਸ਼ੀਐਂਟ ਮਤਲਬ ਨਾ ਕਾਫੀ ਜਾਂ ਘੱਟ ਟਾਇਰ ਪ੍ਰੈਸ਼ਰ ਮਤਲਬ ਜਿਵੇਂ ਹੋਣੀ ਆਪਾਂ ਗੱਲ ਕਰਕੇ ਟਾਇਰਾਂ ਦੇ ਚੀੜੀ ਹਵਾ ਦਾ ਦਬਾਅ ਵਾ ਪ੍ਰੈਸ਼ਰ ਉਹ ਅਫੈਕਟ ਦਾ ਟ੍ਰੈਡ ਤਾਂ ਕਿ ਉਹ ਪ੍ਰਭਾਵਿਤ ਕਰਦਾ ਹੈਗਾ ਟ੍ਰੈਡ ਨੂੰ ਟ੍ਰੈਡ ਕਿੰਨੂੰ ਗੱਲ ਕਰ ਰਿਹਾ ਜਿਹੜੀ ਗੁੱਡੀਆਂ ਹੁੰਦੀਆਂ ਉਹਦੀਆਂ ਟਾਇਰਾਂ ਦੀਆਂ ਉਹਨੂੰ ਬੋਲਦੇ ਆ ਟ੍ਰੈਡ ਠੀਕ ਹੈ ਜੀ ਆਪਸ਼ਨ ਏ ਕਹਿੰਦਾ ਇਟ ਵੇਅਰਸ ਦਾ ਸੇਮ ਐਜ਼ ਵਿਦ ਨੋਰਮਲ ਪ੍ਰੈਸ਼ਰ ਬੀਏਗਾ ਇਟ ਵੇਅਰਸ ਮੋਰ ਦੈਨ ਵਿਦ ਨੋਰਮਲ ਪ੍ਰੈਸ਼ਰ ਤੇ ਸੀਏਗਾ ਇਟ ਵੇਅਰਸ ਲੈਸ ਦੈਨ ਵਿਦ ਨੋਰਮਲ ਪ੍ਰੈਸ਼ਰ ਤਿੰਨੇ ਹੀ ਆਪਸ਼ਨ ਚ ਇੱਕ ਵਰਡ ਆਇਆ ਵੇਅਰਸ ਵੇਅਰ ਮਤਲਬ ਕਸਣਾ ਮਤਲਬ ਕਿ ਟਾਇਰਾਂ ਦਾ ਕਸਣਾ ਜਾਂ ਗੁੱਡੀਆਂ ਦਾ ਕਸਣਾ ਜਾਂ ਜਿਵੇਂ ਟ੍ਰੈਡ ਨੂੰ ਕਿਹਾ ਵਾ ਤਾਂ ਸਾਡਾ ਆਨਸਰ ਹੋਏਗਾ ਆਪਸ਼ਨ ਇੱਥੇ ਬੀ ਕਿ ਅਗਰ ਟਾਇਰ ਪ੍ਰੈਸ਼ਰ ਇਨਸਫੀਸ਼ੀਐਂਟ ਆ ਨਾ ਕਾਫੀ ਹੈ ਜਾਂ ਘੱਟ ਹੈਗਾ ਤਾਂ ਜਿਹੜਾ ਹੈਗਾ ਵਾ ਟ੍ਰੈਡ ਹੈ ਜਿਹੜਾ ਵੇਅਰ ਕਰੇਗਾ ਮਤਲਬ ਕਸੇਗਾ ਮੋਰ ਦੈਨ ਵਿਦ ਨੋਰਮ ਪ੍ਰੈਸ਼ਰ ਜਿਆਦਾ ਕਸੇਗਾ ਨੋਰਮਲ ਪ੍ਰੈਸ਼ਰ ਦੇ ਮੁਕਾਬਲੇ ਦੇ ਵਿੱਚ ਠੀਕ ਹੈ ਜੀ ਤੈਸ ਕਰਕੇ ਤੇ ਸਾਡਾ ਆਨਸਰ ਹੋ ਗਿਆ ਜੀ অপਸ਼ਨ ਬੀ ਜੀ ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 25 ਨੰਬਰ ਐਟ ਦਾ ਨੈਕਸਟ ਜੰਕਸ਼ਨ ਕਿ ਅਗਲੇ ਚੁਰਾਹੇ ਦੇ ਉੱਪਰ ਇਜ਼ ਇਟ ਕੰਪਲਸਰੀ ਟੂ ਗਿਵ ਏ ਵੇ ਕਿ ਕੀ ਇਹ ਜ਼ਰੂਰੀ ਹੈਗਾ ਕਿ ਆਪਾਂ ਰਾਹ ਦਈਏ ਟੂ ਦਾ ਵਹੀਕਲਸ ਉਹਨਾਂ ਵਹੀਕਲਸ ਨੂੰ ਅਪਰੋਚਿੰਗ ਫਰੋਮ ਦਾ ਲੈਫਟ ਜੋ ਕਿ ਪਹੁੰਚ ਰਿਹਾ ਉਸ ਜੰਕਸ਼ਨ ਦੇ ਉੱਪਰ ਖੱਬੇ ਹੱਥ ਤੋਂ ਠੀਕ ਹੈ ਜੀ অপਸ਼ਨ ਏ ਕਹਿੰਦਾ ਨੋ অপশন এ ਕਹਿੰਦਾ 노 বি ਕਹਿੰਦਾ Yes ਤੇ ਸੀ ਕਹਿੰਦਾ only when there are no priority signs ਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ অপਸ਼ਨ এ ਜੀ ਕਿ ਸਾਨੂੰ ਇਸ ਜੰਕਸ਼ਨ ਦੇ ਉੱਪਰ ਖੱਬੇ ਹੱਥੋਂ ਆ ਰਹੇ ਵਹੀਕਲ ਨੂੰ ਰਾਹ ਦੇਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਇਸ ਜੰਕਸ਼ਨ ਤੇ ਸਾਡੀ ਪਹਿਲਾ ਜੋ ਕਿ ਸਾਨੂੰ 40 ਤੋਂ ਬਿਨਾ ਇੱਕ ਜਿਹੜਾ ਸਾਈਨ ਲੱਗਾ ਉਹ ਦੱਸ ਰਿਹਾ ਹੈਗਾ ਕਿ ਇਹ ਪ੍ਰਾਇੋਰਟੀ ਵਾਲਾ ਰੋਡ ਹੈ ਜਿੱਥੇ ਅਸੀਂ ਜਾ ਰਹੇ ਹਾਂ ਤਾਂ ਸਾਨੂੰ ਖੱਬੇ ਤੋਂ ਆ ਰਹੇ ਵਹੀਕਲ ਨੂੰ ਰਾਹ ਦੇਣ ਦੀ ਕੋਈ ਲੋੜ ਨਹੀਂ ਹੈਗੀ ਠੀਕ ਹੈ ਜੀ ਤਾਂ ਇਸ ਕਰਕੇ ਤੇ ਸਾਡਾ ਆਨਸਰ ਹੋ ਗਿਆ ਜੀ অপਸ਼ਨ ਏ ਜੀ ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ ਐਟ ਥਿਸ ਇੰਟਰਸੈਕਸ਼ਨ ਕਿ ਇਸ ਚੁਰਾਹੇ ਦੇ ਉੱਪਰ ਵਟ ਮਸਟ ਯੂ ਡੂ ਤੁਹਾਨੂੰ ਕੀ ਕਰਨਾ ਚਾਹੀਦਾ ਆਪਸ਼ਨ ਏ ਕਹਿੰਦਾ ਸਟਾਪ ਮਾਈ ਵਹੀਕਲ ਆਲਵੇਜ਼ ਐਂਡ ਗਿਵ ਵੇ ਬੀ ਹੈਗਾ ਸਟਾਪ ਮਾਈ ਵਹੀਕਲ ਓਨਲੀ ਵੈਨ ਵਹੀਕਲਸ ਅਪਰੋਚ ਫਰੋਮ ਦਾ ਰਾਈਟ ਤੇ ਸੀ ਹੈਗਾ ਸਟਾਪ ਮਾਈ ਵਹੀਕਲ ਓਨਲੀ ਵੈਨ ਵਹੀਕਲਸ ਅਪਰੋਚ ਫਰੋਮ ਦਾ ਲੈਫਟ ਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਏ ਜੀ ਕਿ ਸਾਨੂੰ ਆਪਣੀ ਗੱਡੀ ਰੋਕਣੀ ਚਾਹੀਦੀ ਹੈ ਔਰ ਹਮੇਸ਼ਾ ਜਦੋਂ ਵੀ ਸਟਾਪ ਸਾਈਨ ਆਏਗਾ ਤਾਂ ਆਪਾਂ ਨੂੰ ਹਮੇਸ਼ਾ ਗੱਡੀ ਰੋਕਣੀ ਚਾਹੀਦੀ ਹੈ ਐਂਡ ਗਿਵ ਅਵੇ অর ਰਾਹ ਦੇਣਾ ਚਾਹੀਦਾ ਹੈ ਚਾਹੇ ਕੋਈ ਸਾਡੇ ਸਾਹਮਣੇ ਖੱਬੇ ਤੋਂ ਆ ਰਿਹਾ ਚਾਹੇ ਸੱਜੇ ਤੋਂ ਆ ਰਿਹਾ ਸਾਨੂੰ ਉਹਨਾਂ ਸਾਰਿਆਂ ਨੂੰ ਹੀ ਵਹੀਕਲਾਂ ਨੂੰ ਰਾਹ ਦੇਣਾ ਪਏਗਾ ਜਦੋਂ ਵੀ ਰੋਡ ਦੇ ਉੱਪਰ ਸਟਾਪ ਸਾਈਨ ਲੱਗਾ ਹੋਵੇਗਾ ਠੀਕ ਹੈ ਜੀ ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ ਟੂ ਰਿਡਿਊਸ ਟ੍ਰੈਫਿਕ ਐਕਸੀਡੈਂਟ ਨੰਬਰਸ ਕਿ ਘਟ ਕਰਨ ਲਈ ਟ੍ਰੈਫਿਕ ਐਕਸੀਡੈਂਟਾਂ ਦੀ ਗਿਣਤੀ must all social agents collaborate social agents ਦਾ ਮਤਲਬ ਹੈ ਇੱਥੇ ਕਿ ਨਾਰਮਲ ਪਾਪੂਲੇਸ਼ਨ ਨਾਰਮਲ ਲੋਕ ਜਾਂ ਫਿਰ ਜਿਹੜੇ ਵੀ ਰੋਡ ਨੂੰ ਵਰਤ ਰਹੇ ਆ ਉਹਨਾਂ ਨੂੰ ਸੋਸ਼ਲ 에ਜੈਂਟਸ ਵੀ ਬੋਲ ਦਿੱਤਾ ਜਾਂਦਾ ਹੈ ਕੋਲਾਬੋਰੇਟ ਮਤਲਬ ਇੱਕ ਦੂਜੇ ਦੀ ਹੈਲਪ ਕਰਨੀ ਇੱਕ ਦੂਜੇ ਦੇ ਨਾਲ ਮਿਲ ਕੇ ਚੱਲਣਾ ਉਹਨੂੰ ਬੋਲ ਦਿੰਦੇ ਆ ਕੋਲਾਬੋਰੇਟ ਜਾਂ ਕੋਲਾਬੋਰੇਸ਼ਨ ਤਾਂ ਕਹਿੰਦਾ ਵੀ ਟ੍ਰੈਫਿਕ ਟ੍ਰੈਫਿਕ ਐਕਸੀਡੈਂਟ ਦੀ ਗਿਣਤੀ ਘਟ ਕਰਨ ਦੇ ਲਈ ਕੀ ਸਾਰੇ ਹੀ ਲੋਕਾਂ ਨੂੰ ਆਪਸ ਦੇ ਵਿੱਚ ਰਲ ਮਿਲ ਕੇ ਚੱਲਣਾ ਚਾਹੀਦਾ ਹੈ ਜਾਂ ਇੱਕ ਦੂਜੀ ਨਾਲ ਦੀ ਗੱਲ ਸਮਝਣੀ ਚਾਹੀਦੀ ਹੈ ਨਾ ਕੋਲੈਬੋਰੇਸ਼ਨ ਕਰਨਾ ਚਾਹੀਦਾ ਆਪਸ਼ਨ ਏ ਕਹਿੰਦਾ ਯੈਸ ਬੀ ਕਹਿੰਦਾ نو this problem must be resolved by the administration ਤੇ ਸੀ ਕਹਿੰਦਾ نو this depends only on drivers ਤੇ ਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਏ ਜੀ ਕੇ ਯੈਸ ਸਾਰੇ ਹੀ ਜਿਹੜੇ ਸੋਸ਼ਲ ਏਜੰਟਸ ਹੈਗੇ ਆ ਸਾਰੇ ਹੀ ਮਤਲਬ ਲੋਕ ਹੈਗੇ ਆ ਉਹਨਾਂ ਨੂੰ ਕੋਲਾਬੋਰੇਟ ਕਰਨਾ ਚਾਹੀਦਾ ਹੈ ਤਾਂ ਕਿ ਜਿਹੜੇ ਹੈ ਨੰਬਰ ਹੈਗੇ ਆ ਟ੍ਰੈਫਿਕ ਐਕਸੀਡੈਂਟ ਦੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਘੱਟ ਕੀਤਾ ਜਾ ਸਕੇ ਘੱਟ ਐਕਸੀਡੈਂਟ ਹੋਣ ਰੋਡ ਦੇ ਉੱਪਰ ਠੀਕ ਹੈ ਜੀ ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 28 ਨੰਬਰ ਡੋ ਫੈਟੀਗ ਮਤਲਬ ਥਕਾਵਟ ਅਲਕੋਹਲ ਔਰ ਬੈਡ ਵੈਦਰ ਅਫੈਕਟ ਐਕਸੀਡੈਂਟਸ ਕਿ ਕੀ ਥਕਾਵਟ ਅਲਕੋਹਲ ਜਾਂ ਖਰਾਬ ਮੌਸਮ ਪ੍ਰਭਾਵਿਤ ਕਰਦੇ ਹੈਗੇ ਐਕਸੀਡੈਂਟਸ ਨੂੰ ਆਪਸ਼ਨ ਹੈ ਕਿੰਨਾ ਨੋ ਦਾ ਰਿਸਕ ਫੈਕਟਰ ਆਰ ਡਿਫਰੈਂਟ ਬੀ ਹੈਗਾ ਨੋ ਐਨ ਐਕਸੀਡੈਂਟ ਇਜ਼ ਅਨਪ੍ਰੈਡਿਕਟੇਬਲ ਤੇ ਸੀ ਹੈਗਾ ਯੈਸ ਦੇ ਆਰ ਰਿਸਕ ਫੈਕਟਰਸ ਵਿਚ ਇਨਕਰੀਜ਼ ਦਾ ਪ੍ਰੋਬੈਬਿਲਿਟੀ ਐਂਡ ਗ੍ਰੈਵਿਟੀ ਆਫ ਐਕਸੀਡੈਂਟਸ ਤੇ ਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਸੀ ਜੀ ਕਿ ਹਾਂ ਇਹ ਪ੍ਰਭਾਵਿਤ ਕਰਦੇ ਐਕਸੀਡੈਂਟ ਨੂੰ ਤਿੰਨੇ ਚੀਜ਼ਾਂ ਦੇ ਆ ਰਿਸਕ ਫੈਕਟਰ ਇਹ ਕਹਿ ਲੋਗੇ ਰਿਸਕ ਪੈਦਾ ਕਰਨ ਵਾਲੇ ਤੱਤ ਹੈਗੇ ਆ ਕੁਝ which increase the probability ਜੋ ਕਿ ਵਧਾ ਦਿੰਦੇ ਆ ਸੰਭਾਵਨਾ ਐਂਡ ਗ੍ਰੈਵਿਟੀ ਆਫ ਐਕਸੀਡੈਂਟ ਔਰ ਐਕਸੀਡੈਂਟ ਦੇ ਹੋ ਜਾਣ ਨੂੰ ਔਰ ਉਹਦੀ ਸੰਭਾਵਨਾ ਨੂੰ ਦੋਵਾਂ ਚੀਜ਼ਾਂ ਨੂੰ ਇਹ ਵਧਾ ਦਿੰਦੇ ਹੈਗੇ ਰਿਸਕ ਫੈਕਟਰ ਤਾਂ ਇਸ ਤਰੀਕੇ ਨਾਲ ਇਹ ਅਫੈਕਟ ਕਰਦੇ ਹੈਗੇ ਆ ਇਸ ਕਰਕੇ ਇਥੇ ਸਾਡਾ ਆਨਸਰ ਹੋ ਗਿਆ ਜੀ অপਸ਼ਨ ਸੀ ਜੀ ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 29 ਨੰਬਰ ਇਫ ਇਟ ਇਜ਼ ਨੈਸੈਸਰੀ ਕਿ ਅਗਰ ਇਹ ਜ਼ਰੂਰੀ ਹੋਵੇ ਟੂ ਵਾਰਨ ਅ ਸਾਈਕਲਿਸਟ ਕਿ ਆਪਾਂ ਚੇਤਾਵਨੀ ਦੇਣੀ ਹੈ ਇੱਕ ਸਾਈਕਲਿਸਟ ਵਾਲੇ ਨੂੰ ਵਿਦ ਅਕੌਸਟਿਕ ਸਿਗਨਲ ਅਕੌਸਟਿਕ ਸਿਗਨਲ ਮਤਲਬ ਜਿਹੜਾ ਹਾਰਨ ਵਗੈਰਾ ਆਪਾਂ ਯੂਜ਼ ਕਰਦੇ ਆ ਉਹਨਾਂ ਨੂੰ ਅਕੌਸਟਿਕ ਸਿਗਨਲ ਕਹਿੰਦੇ ਆ ਥੀਸ ਮਸਟ ਬੀ ਮੇਡ ਤਾਂ ਇਹ ਜਿਹੜੇ ਮਤਲਬ ਆਪਾਂ ਕਰਨਾ ਹੈ ਤਾਂ ਸਾਨੂੰ ਕਰਨਾ ਚਾਹੀਦਾ ਕਿਦੋਂ ਆਪਸ਼ਨ ਇਹ ਕਹਿੰਦਾ ਐਨੀਵੇਅਰ ਬੀ ਹੈਗਾ ਐਟ ਅ ਸਰਟਨ ਡਿਸਟੈਂਸ ਫਰਮ ਦਾ ਸਾਈਕਲਿਸਟ ਟੂ ਅਵੋਇਡ ਸਟਾਰਟਲਿੰਗ ਹਿਮ ਸੀ ਹੈਗਾ ਸੌਰੀ ਨੀਅਰ ਦਾ ਸਾਈਕਲਿਸਟ ਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ অপਸ਼ਨ ਬੀ ਜੀ ਕਿ ਅਗਰ ਸਾਨੂੰ ਜ਼ਰੂਰਤ ਹੋਵੇ ਤਾਂ ਆਪਾਂ ਇੱਕ ਸਰਟਨ ਡਿਸਟੈਂਸ ਇੱਕ ਨਿਸ਼ਚਿਤ ਡਿਸਟੈਂਸ ਫਰੋਮ ਦਾ ਸਾਈਕਲਿਸਟ ਸਾਈਕਲਿਸਟ ਤੋਂ ਮਤਲਬ ਕਿ ਖਾਸ ਦੂਰੀ ਦੇ ਉੱਪਰ ਕਰਾਂਗੇ ਹਾਰਨ ਮਾਰਾਂਗੇ ਟੂ ਅਵੋਇਡ ਸਟਾਰਟਲਿੰਗ देम ਸਟਾਰਟਲਿੰਗ ਦਾ ਮਤਲਬ ਹੁੰਦਾ ਕਿ ਇੱਕਦਮ ਜਿਵੇਂ ਕੰਬ ਜਾਣਾ ਤੇ ਕੰਬ ਕੰਬੂ ਜੀ ਹੋਣਾ ਉਹਨੂੰ ਬੋਲਦੇ ਆ ਤਾਂ ਕਹਿੰਦਾ ਵੀ ਉਹ ਬਚ ਸਕਣ ਸਟਾਰਟਲਿੰਗ ਹੋਣ ਤੋਂ ਕਮ ਕਵੀ ਤੋਂ ਇੱਕਦਮ ਤਰਬਕ ਨਾ ਜਾਣ ਹੌਰ ਨੂੰ ਸੁਣ ਕੇ ਇਸ ਕਰਕੇ ਸਾਨੂੰ ਥੋੜੀ ਦੂਰੀ ਤੇ ਮਤਲਬ ਸਾਨੂੰ ਹਾਰਨ ਮਾਰਨਾ ਚਾਹੀਦਾ ਹੈਗਾ ਉਹਨਾਂ ਤੋਂ ਤਾਂ ਇਸ ਕਰਕੇ ਤੇ ਸਾਡਾ ਆਨਸਰ ਹੋ ਗਿਆ ਜੀ অপਸ਼ਨ ਬੀ ਜੀ ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ ਔਨ ਅਪਰੋਚਿੰਗ ਚਿਲड्रन অর ਦਾ ਐਲਡਰਲੀ ਕਿ ਜਦੋਂ ਅਸੀਂ ਪਹੁੰਚਦੇ ਹੈਗੇ ਆਂ ਬੱਚਿਆਂ ਕੋਲ ਜਾਂ ਫਿਰ ਬਜ਼ੁਰਗ ਹੈ ਜਿਹੜੇ ਐਲਡਰਲੀ ਉਹਨਾਂ ਕੋਲ ਉਦੋਂ অপਸ਼ਨ ਏ ਕਹਿੰਦਾ ਦੇ ਮਸਟ ਬੀ ਵਾਂਡ ਵਿਦ ਅਕਾਉਸਟਿਕ ਸਿਗਨਲਸ bega the necessary precautions must be taken so as not to endanger them this iaga stop and give way to them te da answer hai ji sade kol option b ji ke the necessary precaution ke kuch khas zaruri savdhaniyan precautions matlab savdhaniyan must be taken sanu leniyan chahidiyan so as not to endanger them taaki apan nu khatre ch na pa sakkiye ਠੀਕ ਹੈ ਜੀ ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ ਤੇ ਇਸ ਦੇ ਨਾਲ ਹੀ ਆਪਣਾ 46 ਨੰਬਰ ਟੈਸਟ ਇੱਥੇ ਖਤਮ ਹੁੰਦਾ ਹੈ ਜੀ ਤੇ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ ਅਗਰ ਵੀਡੀਓ ਵਧੀਆ ਲੱਗੀ ਤਾਂ ਜਰੂਰ ਲਾਈਕ ਕਰਿਓ ਔਰ ਕਮੈਂਟ ਕਰਕੇ ਦੱਸਿਓ ਤਾਂ ਠੀਕ ਹੈ ਜੀ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਵਿੱਚ ਇੱਕ ਨਵੇਂ ਟੈਸਟ ਦੇ ਨਾਲ ਤਦ ਤੱਕ ਸਤਿ ਸ੍ਰੀ ਅਕਾਲ ਜੀ